ਲੈ ਸੱਜਣੋ ਆ ਬਾਈ ਨਾਲ ਕਰਾਉਣੇ ਆ ਗੱਲਬਾਤ ਚੰਗਾ ਮਾਲ ਲੈ ਕੇ ਪਹੁੰਚਿਆ ਹੋਇਆ ਕੀ ਹਾਲ ਨੇ ਬਾਈ ਬਾਈ ਗੁਰਮੀਤ ਸਿੰਘ ਬਰਾੜ ਪਿੰਡ ਰੋੜੀ ਠੀਕ ਆ ਪਿੰਡ ਰੋੜੀ ਆ ਗਿਆ ਜ਼ਿਲ੍ਹਾ ਜ਼ਿਲ੍ਹਾ ਸਰਸਾ ਜ਼ਿਲ੍ਹਾ ਸਰਸਾ ਆ ਗਿਆ ਕਿਹ ਝੋਟੀਆਂ ਨੇ ਪੰਜ ਲੈ ਕੇ ਆਏ ਪੰਜ ਨੇ ਠੀਕ ਆ ਸੁਣੀਆਂ ਹੋਈਆਂ ਨੇ ਸਾਰੀਆਂ ਸਾਰੀਆਂ ਸੁਣੀਆਂ ਜੀ ਠੀਕ ਆ ਕਿਹੜੀ ਤੋਂ ਕਰੀਏ ਸਟਾਰਟ ਇਹਤੋਂ ਕਰ ਲਓ ਜੀ ਲੈ ਆ ਝੋਟੀ ਤੋਂ ਕਰਦੇ ਆ ਸੱਜਣੋ ਸਟਾਰਟ ਕਿਹੜਾ ਸੂਆ ਬਾਈ ਇਹਦਾ ਇਹਦਾ ਪਹਿਲਾ ਸੂਆ ਜੀ ਲੈ ਭਲੂਣ ਕੱਟੀ ਆ ਗਈ ਸੱਜਣੋ ਲੈ ਤੋਰ ਬਾਈ ਇਹਨੂੰ ਕਹਿ ਦੇਣਾ ਸੂਈ ਆ ਬਾਈ ਇਹਨੂੰ ਅੱਜ ਤੀਜਾ ਕ ਦਿਨ ਹੈ ਅੱਛਾ ਤੀਜਾ ਕ ਦਿਨ ਆ ਲੈ ਸੱਜਣੋ ਸੂਈ ਨੂੰ ਲੈ ਝੋਟੀ ਬੜੀ ਕਮਾਲ ਦੀ ਆ ਥੋੜਾ ਜਿਹਾ ਸਿੰਗ ਦਾ ਜ਼ਰੂਰ ਖੋਲਾ ਤੇ ਬਾਈ ਵਪਾਰ ਕਰਦੇ ਹੋ ਹਾਂਜੀ ਹਾਂਜੀ ਠੀਕ ਹੈ ਤੇ ਦੁੱਧ ਬਾਈ ਦੁੱਧ ਹੋਊਗਾ ਹੁਣ 12 ਕਿਲੋ ਖੀਸ ਹੋਊ 12 ਕਿਲੋ ਖੀਸ ਆ ਲੈ ਸੱਜਣੋ ਕੁਆਲਿਟੀ ਕੁਬਲਟੀ ਦੇਖ ਲਓ ਝੋਟੀ ਦੀ ਚੰਗੀ ਆ ਮੱਲਾਂ 'ਚ ਤੁਰਦੀ ਆ ਤੇ ਬਾਈ ਕੀ ਰੇਟ ਰੂਟ ਰਹੂਗਾ ਇਹਦਾ ਰੇਟ ਇਹਦਾ 1.5 ਲੱਖ ਹੈ 1.5 ਲੱਖ ਰੁਪਇਆ ਮੰਗਦਾ ਠੀਕ ਹੈ ਕਿੰਨੇ ਦੀ ਹੋਜੂ ਜੈਸਨੋ ਬਾਈ ਇਹ 30 ਦੀ ਦੇਵਾਂਗੇ 1,30,000 ਦੀ ਹੋਜੂ ਜੈਸਨੋ ਠੀਕ ਹੈ ਹੋਰ ਬਾਈ ਇਹਦਾ 1,30,000 ਮੰਗਦਾ ਇਹ ਬੇਗੀ ਅੱਛਾ ਬੇਗੀ 1,30,000 ਠੀਕ ਹੈ ਕਿੰਨੇ ਦੀ ਹੋਜੂ ਬਾਈ ਇਹ 15 ਦੀ ਬੇਗੀ 1,15,000 ਦੀ ਬੇਗੀ ਤੋਰੀ ਬਾਈ ਇਹਨੂੰ ਵੀ ਤੋਰ ਦੇ ਇਹਨੂੰ ਵੀ ਤੋਰ ਦੇ ਇਹਦਾ ਸੂਆ ਬਾਈ ਕਿਹੜਾ ਦੀ ਇਹਦਾ ਤੀਜਾ ਸੂਆ ਸੀਗਾ ਤੀਜਾ ਸੂਆ ਦੁੱਧ ਦੱਧ ਬਾਈ ਇਹਦਾ 1.5 ਲੱਖ ਹੈ ਦੁੱਧ ਦੱਧ ਕਿੰਨਾ ਕਰਦੀ ਰਹੀ ਹੈ ਬਾਈ ਦੁੱਧ ਦੇ ਥੱਲੇ 13 ਕਿਲੋ ਆਈ ਹੁਣ 3 ਦਿਨਾਂ ਦੀ ਸੂਈ ਹੈ 3 ਦਿਨਾਂ ਦੀ 13 ਕਿਲੋ ਤੋਂ ਤਿਆਰ ਆ ਸੱਜਣੋ ਬਾਈ ਕਹਿੰਦਾ 1,15,000 ਦਾ ਸੌਦਾ ਹੋ ਗਿਆ ਇਹਦਾ ਮੈਂ ਇਹਦਾ ਲੈਵੇ ਲੂਵੇ ਪੱਖੋਂ ਚੰਗੀ ਆ ਹਨਾ ਮੈਂ ਹਾਂ ਚੰਗੀ ਆ ਮੈਂ ਦੁੱਧ ਨੂੰ ਕਰੀ ਤੁਰ ਕੇ ਲੇਵਾ ਨਿਗਾ ਚਾਹੁੰਦਾ ਹਾਂ ਖੜੀ ਦੇ ਨਹੀਂ ਆਵਾਂ ਹਨਾ ਮੂਹ ਨੂੰ ਧੱਕਾ ਲੇਵੇ ਦੀ ਠੀਕ ਆ ਹੋਰ ਬਾਈ ਹੋਰ ਆ ਝੋਟੀ ਆ ਕੱਢੀ ਇਹ ਕਿਹੜਾ ਸੂਆ ਇਹਦਾ ਮੈਂ ਇਹਦਾ ਇਹਦਾ ਵੀ ਤੀਜਾ ਸੂਆ 3 ਦਿਨਾਂ ਦੀ ਸੂਈ ਹੈ ਅੱਛਾ 3 ਦਿਨਾਂ ਦੀ ਸੂਈ ਹੈ ਤੀਜਾ ਸੂਆ ਇਹਦੇ ਥੱਲੇ ਵੀ ਹੈਗਾ 13 14 ਕਿਲੋ ਦੁੱਧ ਅੱਛਾ ਹਾਂ ਲੈ ਠੀਕ ਆ ਤੀਜਾ ਸੂਆ ਸੱਜਣੋ ਇਹਦਾ ਲੈ ਲੇਵਾ ਲੂਵਾ ਦੇਖ ਸਕਦੇ ਹੋ ਕਹਿਮਾ ਦੇਣਾ ਸੂਈ ਨੂੰ ਮੁੜ ਲੈ ਬਾਈ 3-4 ਦਿਨ ਹੋ ਗਏ ਅੱਛਾ 3-4 ਦਿਨ ਹੋ ਗਏ ਸੂਈ ਨੂੰ ਬੱਚਾ ਬਾਈ ਕੀ ਇਹਦਾ ਬੱਚਾ ਇਹਦੇ ਮਗਰ ਕੱਟੀ ਹੈ ਅੱਛਾ ਮਗਰ ਕੱਟੀ ਆ ਲੈ ਸੱਜਣੋ ਇਹਦਾ ਕੀ ਰੇਟ ਰਹੂ ਬਾਈ ਇਹਦਾ 1,30 ਮੰਗਦਾ 1,30,000 ਰੁਪਇਆ ਰੇਟ ਰਹੂਗਾ ਅਗਲੀ ਆ ਗਈ ਬਾਈ ਇਹ ਵੀ ਤੋਰ ਦੇ ਇਹ ਪਹਿਲਾਂ ਨੇ ਕੱਟੀ ਆਈ ਭਲੂਣ ਕੱਟੀ ਆ ਲੇਵਾ ਲੂਆ ਬੜਾ ਚੰਗਾ ਹਨਾ ਸਾਫ ਲੇਵੇ ਜੀ ਸਾਫ ਆ ਸਾਰੀਆਂ ਮੈਨੂੰ ਤੇ ਥਣ ਪਾਸ ਮੱਕੇ ਚੰਗੇ ਕਰਦੀ ਆ ਮੈਂ ਕਿਹਾ ਏਡੇ ਏਡੇ ਮਾਰੂ ਗਲਾਸਾਂ ਨਾਲ ਅੱਛਾ ਲੈ ਸਿੰਗ ਸੁੰਗ ਦੇਖ ਸਕਦੇ ਹੋ ਸੱਜਣੋ ਦਾ ਬਰੀਕ ਆ ਕੁਆਲਿਟੀ ਵਾਲੀ ਹੈ ਨਾ ਕੁਆਲਿਟੀ ਵਾਲੀ ਹੈ ਥੋੜੀ ਜੀ ਰਾਜੀ ਹੋ ਗਈ ਚੰਗੀਆਂ ਚ ਪਾਣ ਲੱਗ ਜੂ ਤੇ ਬਾਈ ਦੁੱਧ ਦੁੱਧ ਦੇ ਥੱਲੇ 11 ਕਿਲੋ ਅੱਛਾ 11 ਕਿਲੋ ਦੁੱਧ ਹੋਊਗਾ ਤਿਆਰ ਬਾਈ ਕਿੰਨੇ ਦਿਨ ਹੋ ਗਏ ਸੂਈ ਨੂੰ 5 ਦਿਨ ਹੋ ਗਏ ਸੂਈ ਨੂੰ ਲੈ ਬਾਈ ਇਹਦਾ ਕੀ ਰੇਟ ਰਹੂਗਾ ਇਹਦਾ ਮੁੱਲ 1,20,000 ਕਰਦੇ 1,20,000 ਰੁਪਏ ਮੁੱਲ ਕਰਦਾ ਲੱਖ ਦੀ ਦੇ ਦੇਗਾ ਦੇ ਦੇਾਂਗੇ ਤੂੰ ਕਹਿਤਾ ਤਾਂ ਯਾਰ ਦੇਖੀ ਜੀ ਅੱਛਾ ਲੈ ਬਾਈ ਕਹਿੰਦਾ ਲੱਖ ਦੀ ਦੇ ਦੇਾਂਗੇ ਇਹਦਾ ਕਿਹੜਾ ਸੂਆ ਇਹਦਾ ਦੂਜਾ ਸੂਆ ਇਹਦਾ ਦੂਜਾ ਸੂਆ ਲੈ ਸੱਜਣੋ ਜਾਤ ਕੁਆਲਿਟੀ ਸਾਰੇ ਜਾਨਵਰਾਂ ਦੀ ਚੰਗੀ ਹੈ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਵੀ 3-4 ਕਦਨ ਹੀ ਹੋਏ ਅੱਛਾ 3-4 ਕਦਨਾਂ ਦਾ ਸੂਆ ਲੈ ਸੱਜਣੋ ਲੈ ਲੇਵਲ ਉਹ ਪੱਖੋਂ ਗੱਲ ਕਰ ਲਈਏ ਪੂਰੇ ਟੌਪ ਕਲਾਸ ਦੀਆਂ ਨੇ ਦੁੱਧ 13-14 ਕਿਲੋ ਬੱਚਾ ਕੀ ਆ ਬਾਈ ਇਹਦਾ ਬੱਚਾ ਇਹਦੇ ਮਗਰ ਕੱਟਾ ਹੈ ਮਗਰ ਕੱਟਾ ਰੇਟ ਬਾਈ ਇਹਦਾ ਇਹਦਾ ਸੌਦਾ ਹੋ ਗਿਆ ਅੱਛਾ ਸੌਦਾ ਹੋ ਗਿਆ ਕਿੰਨੇ ਦਾ ਹੋਇਆ ਇਹਦਾ ਸੌਦਾ 1,15,000 ਦਾ ਹੋਇਆ ਇਹਦਾ ਵੀ 1,15 ਦਾ ਹੋ ਗਿਆ ਕਰ ਦੇ ਗਈ ਛੱਡ ਲਾ ਬੱਚਾ ਕਰ ਦੇ ਆਹ ਦੇਖ ਲਓ ਸਾਰਾ ਬਾਈ ਦਾ ਮਾਲ ਖੜਾ ਬਾਈ ਮੋਬਾਈਲ ਨੰਬਰ ਆਪਣਾ 90683 3037 ਠੀਕ ਹੈ ਜੀ ਲੈ ਸੱਜਣੋ ਆ ਬਾਈ ਨਾਲ ਕਰਾਉਣਾ ਗੱਲਬਾਤ ਕੀ ਹਾਲ ਨੇ ਬਾਈ ਵਧੀਆ ਬਾਈ ਤੇ ਏਰੀਆ ਬਾਈ ਹਾਂਜੀ ਏਰੀਆ ਕਿਹੜਾ ਵੱਡੇ ਮੌੜ ਜੀ ਵੱਡੇ ਮੌੜ ਠੀਕ ਆ ਕਿ ਜਾਨਵਰ ਲਏ ਆ 4-5 ਜਾਨਵਰ ਲਏ ਆ ਜੀ ਕਿ ਵੇਚਦੀਆਂ 2 ਵੇਚਦੀਆਂ ਜੀ 2 ਵੇਚਦੀਆਂ 2 ਰਹੀਆਂ ਲੈ ਆ ਮੈਂ ਇਹਦੀ ਲੈਣੇ ਡਿਟੇਲ ਕਿਹੜਾ ਸੂਆ ਬਾਈ ਇਹਦਾ ਪਹਿਲਾ ਸੂਆ ਜੀ ਪਹਿਲਾ ਸੂਆ ਲੈ ਤੋਰ ਬਾਈ ਫਿਰ ਲੈ ਭਲੂਣ ਆ ਸੱਜਣੋ ਹਾਏ ਪੁੱਤ ਹਜ ਲੈ ਬੱਚਾ ਪਿਆ ਦੇਖ ਸਕਦੇ ਹੋ ਆ ਬਾਈ ਹੋਰਾਂ ਦੇ ਪਸ਼ੂ ਨੇ ਸਾਰੇ ਇਹ ਬਾਈ ਹੋਰੀ ਸੌਦਾ ਕਰਨ ਲੱਗ ਰਹੇ ਨੇ ਤੇ ਆ ਬਾਈ ਆਪਾਂ ਨੂੰ ਰੇਟ ਰੂਟ ਦੱਸੂਗਾ ਨਾਲੇ ਡਿਟੇਲ ਦਿਓ ਪਸ਼ੂਆਂ ਦੀ ਬਾਈ ਕਿੰਨਾ ਕਦੋਂ ਤਿਆਰ ਆ ਦੁੱਧ ਇਸ ਵੇਲੇ ਤੱਕ 17 ਕਦੋਂ ਤਿਆਰ ਆ ਜੀ ਅੱਛਾ ਹਾਂ ਕੰਡਾ ਲਾਵਾਂ ਦੇਵਾਂਗੇ ਜੀ ਰੇਟ ਰੂਟ 2.5 ਲੱਖ ਜੀ ਰੁਪਇਆ ਜੀ ਜ਼ਿਆਦਾ ਨਹੀਂ 2.5 ਨਹੀਂ ਜੀ ਸਹੀ ਆ ਜੀ 2.5 ਲੱਖ ਮੰਗਦਾ ਸੱਜਣੋ ਮੰਗਦਾ ਥੋੜਾ ਜ਼ਿਆਦਾ ਹੀ ਆ ਇਹ ਪੁੱਛ ਲੈਣਾ ਵੀ ਕਿੰਨੇ ਦੀ ਛੱਡ ਦੂਗਾ
ਕਿੰਨੇ ਦੀ ਦੇ ਦੇਗਾ? ਕਿੰਨੇ ਦੇ ਦੋਗੇ? ਅੱਛਾ ਠੀਕ ਆ, ਮੌਕੇ ਤੇ ਜਿਹੋ ਜਿਹਾ ਗਾਹਕ ਉਹੋ ਜਿਹਾ ਮੁੱਲ ਹੋ ਜਾਊਗਾ। ਆਹ ਵੀ ਤੋੜ ਦੇ ਬਾਈ ਝੋਟੀ, ਤੇ ਪਲੂਣਾ ਕੀ? ਹਾਂ ਜੀ ਪਲੂਣ ਕੱਟੀ ਆ ਜੀ। ਠੀਕ ਆ, ਦੋ ਦੰਦ ਲੈ ਮੂੰਹੋਂ, ਦੋ ਦੰਦ ਆ ਸੱਜਣੋਂ। ਕਿੰਨੇ ਕੁ ਦਿਨ ਹੋ ਗਏ ਸੂਈ ਨੂੰ ਬਾਈ? ਅੱਛਾ 6-7 ਦਿਨ ਹੋ ਗਏ ਸੂਈ ਨੂੰ। ਜੇ ਬੇਲ ਕੱਟੀ ਦੀ ਬੇਲ ਦੀ ਗੱਲ ਕਰ ਲਈ ਹੈ, ਚੰਗੀ ਬੇਲ ਦੀ ਕੱਟੀ ਆ ਸੱਜਣੋਂ। ਤੇ ਦੁੱਧ ਬਾਈ? ਦੁੱਧ ਬਾਈ 11 ਕਿਲੋ ਤਿਆਰ ਆ ਜੀ। ਅੱਛਾ 11 ਕਿਲੋ ਤਿਆਰ ਆ ਦੁੱਧ ਸੱਜਣੋਂ। ਇਹਦਾ ਰੇਟ ਕੀ ਰਹੂ ਬਾਈ? ਇਹਦਾ ਜੀ 1.5 ਲੱਖ ਜੀ। ਅੱਛਾ ਇਹਦਾ 1.5 ਲੱਖ ਰੁਪਈਆ ਦੁੱਧ 11 ਲੀਟਰ। ਹੋਰ ਕਿਹੜੀ ਆ ਬਾਈ? ਇੱਕ ਸੱਜਣੋਂ ਆਹ ਆ ਗਈ, ਆਹ ਵੀ ਤੋਰ ਦੇ। ਇਹਦਾ ਕਿਹੜਾ ਸੂਆ? ਇਹਦਾ ਦੂਜਾ ਸੂਆ ਜੀ। ਦੂਜਾ ਸੂਆ ਦੇਖ ਸਕਦੇ ਹੋ ਸੱਜਣੋਂ, ਦੂਜੇ ਸੂਏ ਦੀ ਮੈਂ ਆ ਗਈ। ਟਾਈਟ ਲੈ ਵੀ ਜਾਂਦੇ ਨੂੰ ਲੈ ਬਸ ਸੱਜਣੋਂ ਜਾ ਗਿਆ। ਇੱਧਰ ਕੀ ਬੱਤ ਦੁੱਧ ਬਾਈ? ਮੋੜ ਲਿਆ ਬਾਈ, ਮੋੜ ਲਿਆ। ਦੁੱਧ ਕਿੰਨਾ ਕਾ? ਦੁੱਧ 12 ਕਿਲੋ ਤਿਆਰ ਹੈ। 12 ਕਿਲੋ ਦੇਖ ਸਕਦੇ ਹੋ, ਅੱਗੇ ਨੂੰ ਲੈਵਾ ਜਾ ਦੇਣਾ ਇਹਨੂੰ। ਇਹਦਾ ਰੇਟ ਕੀ ਹੈ? ਇਹਦਾ ਜੀ 1,30,000 ਰੁਪਇਆ ਰੇਟ ਆ। ਮੋਬਾਈਲ ਨੰਬਰ 98768 ਜੀ। ਠੀਕ ਹੈ, 40-380। ਠੀਕ ਹੈ ਬਾਈ, ਲੈ ਸੱਜਣੋਂ ਬਾਈ ਨਾਲ ਕਰਾਉਣੇ ਗੱਲਬਾਤ। ਕੀ ਹਾਲ ਨੇ ਬਾਈ? ਬਹੁਤ ਵਧੀਆ ਬਾਈ। ਤੇ ਬਾਈ ਨਾਮ ਕੀ ਹੈ? ਗੁਰਸੇਵ ਕਵਰੇ। ਗੁਰਸੇਵ ਕਾ ਏਰੀਆ ਬਾਈ? ਪਿੰਡ ਬਹਾਦਰਪੁਰਾ ਜੀ। ਪਿੰਡ ਬਹਾਦਰਪੁਰ ਨੇੜੇ ਜਾਖਲ ਜੀ। ਅੱਛਾ ਨੇੜੇ ਜਾਖਲ ਆ ਗਿਆ, ਲੈ ਰਹਿਣੇ ਦਾ ਬੰਦਾ ਆ ਗਿਆ ਸੱਜਣੋਂ। ਕਿਆ ਝੋਟੀਆਂ ਲਿਆ ਬਾਈ? 6 ਲੈ ਕੈਮਰੇ। ਅੱਛਾ ਕਿਹ ਵੇਚਦੀਆਂ? ਇੱਕ ਹੋਈ ਆ ਬਾਈ। ਇੱਕ ਵੇਚਤੀ, 5 ਰਹਿ ਗਈਆਂ। ਲਿਆ ਮੈਂ ਤੋਂ ਕਰਦੇ ਹਾਂ ਸੱਜਣੋਂ ਸਟਾਰਟ। ਕਿਹੜਾ ਸੂਆ ਬਾਈ ਇਹਦਾ? ਇਹ ਤੀਜਾ ਸੂਆ ਜੀ। ਲੈ ਤੀਜਾ ਸੂਆ ਸੱਜਣੋਂ, ਲੇਵਾ ਲੂਵਾ ਦੇਖ ਲਓ, ਬੜਾ ਚੰਗੇ ਲੇਵੇ ਦੀ ਆ। ਕੱਢ ਲਾ ਕੱਢ ਲਾ, ਬਾਰੇ ਕੱਢ ਲਾ, ਲੈ ਲਾ ਲਓ ਫਟਵਾ ਲਿਆ ਲੇਵੇ ਤਾਂ ਸੱਜਣੋਂ। ਇੱਧਰ ਬਾਈ ਦੁੱਧ ਕਿੰਨਾ ਕਿਤਾ ਯਾਰ? ਦੁੱਧ 18 ਲੀਟਰ ਤਿਆਰ ਆ ਬਾਈ ਹੁਣ। 18 ਲੀਟਰ? ਹਾਂ ਜੀ। ਲੈ ਸੱਜਣੋਂ 18 ਲੀਟਰ ਦੁੱਧ ਤਿਆਰ ਆ ਮੈਂ ਥੱਲੇ ਦੇਖੀ ਬਾਈ। ਲੈ ਮੰਡੀ ਲੁੱਟਦੀ ਅੱਜ ਸੱਜਣੋਂ ਮੈਂ। ਸੂਈ ਨੂੰ ਕਿੰਨੇ ਦਿਨ ਹੋ ਗਏ ਬਾਈ? ਇਹਨੂੰ ਅੱਜ 5ਵਾਂ ਦਿਨ ਆ ਵੀਰੇ। 5ਵਾਂ ਦਿਨ ਆ ਸੂਈ ਨੂੰ। ਤੇ ਬਾਈ ਰੇਟ ਰੂਟ ਕੀ ਰਹੂਗਾ ਇਹਦਾ? ਇਹਦਾ 2.5 ਲੱਖ ਰੇਟ ਜੀ। 2.5 ਲੱਖ ਰੁਪਇਆ ਮੰਗਦਾ ਲੈ ਸੱਜਣੋਂ ਬਾਈ। ਲੈ ਸੱਜਣੋਂ ਜੇ ਆਪਾਂ 2 ਲੱਖ ਵਾਸਤੇ ਮੈਂ ਲੈਣੀ ਆ, ਚੰਗੀ ਆ ਬਾਈ। ਦੂਜੀ ਕਿਹੜੀ ਆ ਗਈ? ਦੂਜੀ ਆ ਬਾਈ। ਲੈ ਦੂਜੀ ਸੱਜਣੋਂ ਆਹ ਆ ਗਈ। ਸੂਆ ਬਾਈ ਕਿਹੜਾ ਇਹਦਾ? ਇਹ ਦੂਜਾ ਸੂਆ ਬਾਈ। ਕੱਢੀ ਬਾਰੇ? ਲੈ ਦੂਜਾ ਸੂਆ ਮੈਂ ਇਹਦਾ ਸੱਜਣੋਂ। ਇੱਕ ਪਾਸੇ ਸੌਦੇ ਚੱਲ ਰਹੇ ਨੇ, ਇੱਕ ਪਾਸੇ ਬਾਈ ਦੇਖ ਸਕਦੇ ਹੋ ਸੱਜਣੋਂ ਮੰਡੀ ਦਾ ਮਾਹੌਲ ਆ ਬਾਈ। ਕਿੰਨੇ ਦਿਨ ਹੋ ਗਏ ਸੂਈ ਨੂੰ? ਇਹਨੂੰ 10ਵਾਂ ਦਿਨ ਸੂਈ ਦੇ। 10ਵਾਂ ਦਿਨ? ਹਾਂਜੀ। ਸਿੰਗੀ ਸੁੰਗੀ ਦੀ ਗੱਲ ਕਰ ਲਈਏ, ਗੋਲ ਸਿੰਗੀ ਦੀ ਆ। ਦੁੱਧ ਬਾਈ ਕਿੰਨਾ ਕਾ? 10 ਲੀਟਰ ਤਿਆਰ ਹੈ ਬਾਈ ਹੁਣ। 10 ਲੀਟਰ? ਰੇਟ ਕੀ ਰਹੂਗਾ ਇਹਦਾ ਬਾਈ? ਇਹਦਾ ਮੁੱਲ 1,20 ਕਰ ਲਿਆ ਬਾਈ। 1,20? ਕਿੰਨੇ ਦੀ ਹੋਜੂ? 1 ਲੱਖ ਦੀ ਦੇਵਾਂਗੇ ਬਾਈ। ਅੱਛਾ ਲੈ 1 ਲੱਖ ਦੀ ਦੇ ਦਿਓ ਬਾਈ, ਕਹਿੰਦਾ 1,20 ਮੁੱਲ ਕਰਦੇ ਹਾਂ। ਸੱਜਣੋਂ ਬੱਚੇ ਹਰੇਕ ਪਸ਼ੂ ਦੇ ਅੱਗੇ ਬੰਨੇ ਹੁੰਦੇ ਨੇ। ਆਹ ਵੀ ਕੱਢ ਲਿਆ, ਲੈ ਤੀਜੀ ਮੈਂ ਆ ਗਈ ਬਾਈ। ਸੂਆ ਬਾਈ ਇਹਦਾ? ਇਹਦਾ ਦੂਜਾ ਸੂਆ ਵੀਰੇ। ਦੂਜਾ ਸੂਆ? ਲੈ ਸਿੰਗੀ ਸੁੰਗੀ ਗੋਲਾ ਸੱਜਣੋਂ। ਕਿੰਨਾ ਦੇਣਾ ਬਾਈ ਸੂਈ ਨੂੰ? ਇਹਨੂੰ 8ਵਾਂ ਦੇਣਾ ਬਾਈ। 8ਵਾਂ ਦੇਣਾ ਸੂਈ ਨੂੰ। ਲੈ ਲੇਵੇ ਲੂਵੇ ਦੀ ਗੱਲ ਕਰ ਲਈ ਆਪਾਂ, ਲੇਵਾ ਲੂਵਾ ਬੜਾ ਟੌਪ ਦਾ ਟਾਈਟ ਲੇਵੇ ਜੇ ਇਕੱਲਾ ਇਕੱਲਾ ਖਾਣਾ। ਦੁੱਧ 12 ਲੀਟਰ ਤਿਆਰ ਹੈ ਬਾਈ। ਅੱਛਾ ਦੁੱਧ ਵੀ 12 ਲੀਟਰ ਤਿਆਰ ਆ ਸੱਜਣੋਂ ਦੇ ਹਲੇ। ਲੈ ਗੈਪ ਗੁੱਪ ਦੇਖ ਲਓ ਸੱਜਣੋਂ ਥਣਾਂ ਦਾ ਬਾਈ। ਰੇਟ ਕੀ ਰਹੂਗਾ ਇਹਦਾ? ਇਹਦਾ 1,40 ਆ ਬਾਈ ਰੇਟ। 1,40,000 ਰੁਪਇਆ ਰੇਟ ਆ। ਆਹ ਵੀ ਤੋਰ ਦੇ। ਆਹ ਵੀ ਆਪਣੀ ਆ? ਆਹ ਵੀ ਆਪਣੀ ਆ ਬਾਈ? ਹਾਂ ਇਹ ਵੀ ਆਪਣੀ। ਲੈ ਵੀ ਕੱਢ ਦੇ। ਇਹਦਾ ਵੀ 1,40 ਹੈ। ਅੱਛਾ ਦੁੱਧ? ਦੁੱਧ 12 ਇਸ ਵੇਲੇ ਵੀ।
अच्छा सूआ इहदा भाई सूआ दूजा इहदा भाई सूआ दूजा लै सच्चों थोड़ी डरदी आ भाई मोबाइल नंबर बोल 9699 ਲੈ ਸੱਜਣੋ ਆ ਭਾਈ ਨਾਲ ਕਰਾਉਣੇ ਗੱਲਬਾਤ ਕੀ ਹਾਲ ਨੇ ਜੀ ਠੀਕ ਹੈ ਵਧੀਆ ਤੇ ਭਾਈ ਨਾਮ ਦੱਸ ਦਿਓ ਗੁਰਪ੍ਰੀਤ ਸਿੰਘ ਏਰੀਆ ਬਾਈ ਮਾਨਸਾ ਏਰੀਆ ਮਾਨਸਾ ਗਿਆ ਪਿੰਡ ਮਾਨਸਾ ਜੀ ਅੱਛਾ ਮਾਨਸਾ ਲੋਕਲ ਹੋ ਤੇ ਕਿਹ ਝੋਟੀਆਂ ਲੈ ਆਇਆ ਚਾਰ ਮੈਸਾਂ ਲੈ ਕੇ ਆਇਆ ਤੇ ਕਿਹੜੀ ਤੋਂ ਕਰੀਏ ਸਟਾਰਟ ਇਹੋ ਕਰ ਲੈ ਲੈ ਇਹਦੀ ਲੈਣਾ ਡੇਲ ਤੋਰੀ ਬਾਈ ਨੂੰ ਸੂਆ ਜੀ ਇਹਦਾ ਸੂਆ ਤੀਜਾ ਸੱਜਣੋ ਕਿਹ ਕਿਦਨ ਹੋ ਗਏ ਸੂਈ ਨੂੰ ਜੀ ਇਹਨੂੰ ਸੂਈ ਨੂੰ ਹੋ ਗਏ 7-8 ਦਿਨ सत अठ दिन हो गए सूई में सज्जनों देख सकते हैं बच्चा तोड़ दे भाई लंबी जी तोड़ दे ले सज्जनों लेवा देख लो मैं किस तरह उपर नू लेवा जा रहा हाँ ला लो गठ गठ से थाना मैं दुध किन्ना का भाई 20 किलो मैं 20 किलो कह रहा सज्जनों हरेक का अगला कहना और एकड़ा किसने जोख के देखना की रेट रूट करना 3 लाख रुपया मंगता ला सजनो भाई मैं कद कुद जो आप लेवे लूवे की गल कर लिए बहुत किन्ने की होजू ये रूट की अच्छा 2.5 की होजूगी महा कि भाई कहना रूट की होजूगी ले आ भी तोड़ दे यदा कि सू जी यह भी तीजा तीजा सू एदा भी ले उरो सज्जनो मंडी ते बड़े बड़े पशु चंगे वजन वाले पशु पहुंचते हैं सज्जनो झोटियां लगभग मंडी ते घट होंदियां ने होंदियां तां जरूर ने पर होंदियां लगभग घट ने दुध जी किन्ना कहदे ले इहदा दुध हो है 14 किलो 14 किलो कै कि दिनां सूआ 3 दिन हो गए 3 दिन हो गए सूई नूं ले सज्जनो लेवा लूवा दिखा दईए तुहानूं इहदे भी थोड़ी तक लेवे दी अगे नूं आ अच्छा ठीक है आ जा भाई तोर एदा रेट जी रेट जी एदा की रहूगा हैं ओदा रेट की रहूगा लैंड देन 2 लाख लैंड देन 2.5 लाख रहूगा होर केड़ी है दो ही ने ते मोबाइल नंबर बोल दो जी मोबाइल नंबर जी 9763 ठीक है जी 18439 ठीक है जी